ਭਾਰਤ ਦੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮ ਦਿਹਾੜੇ ਮੌਕੇ ਤੇ ਹੰਬੜਾ ਰੋਡ ਮੰਡਲ ਪ੍ਰਤਾਪ ਸਿੰਘ ਵਾਲਾ ਵਿਖੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਪਵਨ ਕੁਮਾਰ ਟਿੰਕੂ ਦੀ ਅਗਵਾਈ ਹੇਠ ਅਟਲ ਬਿਹਾਰੀ ਵਾਜਪੇਈ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਿਹਾਤੀ ਦੇ ਪ੍ਰਧਾਨ ਪਵਨ ਕੁਮਾਰ ਟਿੰਕੂ ਨੇ ਦੱਸਿਆ ਕਿ ਅਟਲ ਬਿਹਾਰੀ ਵਾਜਪੇਈ ਦੇਸ਼ ਦੇ ਪਹਿਲੇ ਅਸੀਂ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਸਮੂਹ ਰਾਜਾਂ ਦੀਆਂ 24 ਪਾਰਟੀਆਂ ਨਾਲ ਲੈ ਕੇ ਦੇਸ਼ ਦੀ ਸੇਵਾ ਕੀਤੀ। ਹੁਣ ਕਦੇ ਦੇਸ਼ ਪ੍ਰਤੀ ਮਾੜੀ ਨਿਗਾਹ ਜਾਂ ਮਾੜੀ ਸੋਚ ਰੱਖਣ ਵਾਲੇ ਵਿਅਕਤੀਆਂ ਦੀ ਕਦੇ ਵੀ ਸਮਝੌਤਾ ਨਹੀਂ ਕੀਤਾ। ਉਹਨਾਂ ਦਾ ਇੱਕੋ ਇੱਕ ਟੀਚਾ ਸੀ ਅਤੇ ਇੱਕੋ ਇੱਕ ਸੋਚ ਸੀ ਕਿ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾਇਆ ਜਾਵੇ। ਭਾਰਤੀ ਜਨਤਾ ਪਾਰਟੀ ਦੇ ਹੀ ਨਹੀਂ ਬਲਕਿ ਸਮੁੱਚੇ ਵਰਲਡ ਦੇ ਇੱਕ ਬਹੁਤ ਵੱਡੇ ਨੇਤਾ ਸੀਗੇ ਜਿਨ੍ਹਾਂ ਦਾ ਜਿਹੜਾ ਲੋਹਾ ਉਹ ਸਿਰਫ ਭਾਰਤੀ ਜਨਤਾ ਪਾਰਟੀ ਨਹੀਂ ਬਾਕੀ ਪਾਰਟੀਆਂ ਵੀ ਮੰਨਦੀਆਂ ਸੀਗੀਆਂ ਔਰ ਇਹੀ ਕਾਰਨ ਸੀ ਕਿ ਅੱਛੇ ਵਕਤਾ ਵੀ ਸੀਗੇ ਔਰ ਇਸੇ ਕਾਰਨ ਹੀ ਕਾਂਗਰਸ ਦੀ ਸਰਕਾਰ ਸੀ ਲੇਕਿਨ ਇੰਦਰਾ ਗਾਂਧੀ ਨੇ UNO ਦੇ ਵਿੱਚ ਅਟਲ ਬਿਹਾਰੀ ਵਾਜਪੇਈ ਜੀ ਨੂੰ ਉੱਥੇ ਭਾਰਤ ਦਾ ਇੱਕ ਤਰ੍ਹਾਂ ਦਾ ਉਹਨਾਂ ਨੂੰ ਭਾਰਤ ਵੱਲੋਂ ਉਹਨਾਂ ਨੂੰ ਭੇਜਿਆ ਗਿਆ ਇੱਕ ਵਿਰੋਧੀ ਪਾਰਟੀ ਦੇ ਪਹਿਲੀ ਵਾਰ ਹੋਇਆ ਸੀ ਇਤਿਹਾਸ ਦੇ ਵਿੱਚ ਕਿ ਇੱਕ ਵਿਰੋਧੀ ਪਾਰਟੀ ਦੇ ਵਿੱਚੋਂ ਕਿਸੇ ਨੇਤਾ ਨੂੰ ਭੇਜਿਆ ਜਾਵੇ। ਸੋ ਐਸੀ ਸ਼ਖਸੀਅਤ ਦੇ ਮਾਲਕ ਸੀ ਜਿਹਦੇ ਕਰਕੇ ਸਾਰੀ ਪਾਰਟੀਆਂ ਹੀ ਉਹਨਾਂ ਦੀ ਇੱਜ਼ਤ ਕਰਦੀ ਸੀਗੀਆਂ ਔਰ ਭਾਰਤ ਨੂੰ ਔਰ ਇੱਕ ਉੱਚੇ ਮੁਕਾਮ ਤੱਕ ਪਹੁੰਚਾਉਣ ਦੇ ਵਿੱਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਦਾ ਬਹੁਤ ਵੱਡਾ ਰੋਲ ਸੀਗਾ। ਜਿਸ ਤਰ੍ਹਾਂ ਕਿ ਪ੍ਰਧਾਨ ਜੀ ਨੇ ਦੱਸਿਆ ਕਿ ਪੋਖਰਨ ਦੇ ਵਿੱਚ ਨਿਊਕਲੀਅਰ ਟੈਸਟ ਕੀਤਾ ਦੇਸ਼ ਨੂੰ ਸਕਸ਼ਮ ਬਣਾਇਆ ਤਾਂ ਕਿ ਅਸੀਂ ਬਾਹਰਲੀ ਤਾਕਤਾਂ ਤੋਂ ਵੀ ਆਪਣੀ ਰੱਖਿਆ ਕਰ ਸਕਦੇ ਹਾਂ ਅਤੇ ਸਾਨੂੰ ਕਿਸੇ ਦੀ ਲੋੜ ਨਹੀਂ, ਅਸੀਂ ਆਪਣੇ ਆਪ 'ਚ ਹੀ ਆਤਮ ਨਿਰਭਰ ਹਾਂ। ਆਦਰਣੀ ਸਾਡੇ ਮਾਨਯ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਦਿਨ ਅਸੀਂ ਮਨਾਇਆ ਔਰ ਜਿੱਥੇ ਇਹਨਾਂ ਦਾ ਅੱਜ ਜਨਮ ਦਿਨ ਮਨਾਇਆ ਨਾਲੇ ਜੋ ਇਹਨਾਂ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀਸ਼ਿਪ ਦੇ ਵਿੱਚ ਸਰਕਾਰ ਲਈ ਵਿੱਚ ਰਹਿ ਕੇ ਸਮਾਜ ਦੇ ਔਰ ਇਨਸਾਨੀਅਤ ਦੀ ਸੇਵਾ ਦੇ ਲਈ ਇਹਨਾਂ ਦੇ ਜੋ ਕਾਰਜ ਕੀਤੇ ਹੈ ਉਹਨਾਂ ਦੇ ਕੀਤੇ ਹੋਏ ਸ਼ਲਾਘਾ ਜੋ ਕਾਰਿਆਂ ਨੂੰ ਵੀ ਕਾਰਜਕ੍ਰਮ ਜੋ ਵੀ ਉਸ ਵੇਲੇ ਦੇ ਉਹਨਾਂ ਦੀ ਉਪਲਬਧੀਆਂ ਨੇ, ਜਿਸ ਤਰ੍ਹਾਂ ਸਭ ਤੋਂ ਬੜੀ ਉਸ ਵੇਲੇ ਉਪਲਬਧੀ ਸੀ ਵੀ ਦੇਸ਼ ਨੂੰ ਕਿਵੇਂ ਆਤਮ ਨਿਰਭਰ ਬਣਾਉਣਾ ਔਰ ਕਿਵੇਂ ਦੇਸ਼ ਨੂੰ ਸਸ਼ਕਤ ਭਾਰਤ ਬਣਾਉਣਾ, ਉਹਦੇ ਲਈ ਸਭ ਤੋਂ ਬੜੀ ਜਿਹੜੀ ਉਪਲਬਧੀ ਸੀ ਉਹਨਾਂ ਦੀ ਪਰਮਾਣੂ ਪ੍ਰੀਖਣ ਉਹਨਾਂ ਨੇ ਕੀਤਾ। ਉਸ ਵੇਲੇ ਪਰਮਾਣੂ ਪ੍ਰੀਖਣ ਜਦੋਂ ਕੀਤਾ ਤਾਂ ਇੱਕ ਸਮੁੱਚੇ ਦੁਨੀਆ ਨੂੰ ਇਹ ਦਿਖਾਇਆ ਕਿ ਭਾਰਤ ਇੱਕ ਤਾਕਤਵਰ ਦੇਸ਼ ਹੈ ਜੋ ਆਪਣੀ ਸੁਰੱਖਿਆ ਦੇ ਲਈ ਕੁਛ ਵੀ ਕਰ ਸਕਦਾ ਔਰ ਦੇਸ਼ ਨੂੰ ਮਜ਼ਬੂਤ ਕਰਨਾ ਔਰ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਅਸੀਂ ਇਨਸਾਨੀਅਤ ਦੀ ਸੇਵਾ ਦੇ ਵਿੱਚ ਹਮੇਸ਼ਾ ਹੀ ਖੜ੍ਹੇ ਹਾਂ। ਲੇਕਿਨ ਆਪਣੀ ਸੁਰੱਖਿਆ ਔਰ ਆਪਣੀ ਰੱਖਿਆ ਦੇ ਪ੍ਰਤੀ ਅਗਰ ਕੋਈ ਭਾਰਤ ਮਾਤਾ ਬੰਨੀ ਜਾਂ ਭਾਰਤ ਬੰਨੀ ਕੋਈ ਦੇਖੇ ਤਾਂ ਅਸੀਂ ਉਸ ਦੇ ਵਿੱਚ ਕਦੇ ਵੀ ਕਿਸੇ ਗੱਲ ਦੇ ਵਿੱਚ ਸਮਝੌਤਾ ਨਹੀਂ ਕਰਾਂਗੇ। ਇੱਕ ਕਾਰਜਕਰਤਾ ਦੇ ਨਾਲ ਬੈਠ ਕੇ ਆਪਸ ਵਿੱਚ ਕਿਸ ਤਰ੍ਹਾਂ ਇੱਕ ਪ੍ਰੇਮ ਦਾ ਉਹਨਾਂ ਦਾ ਹਮੇਸ਼ਾ ਹੀ ਭਾਵ ਰਹਿੰਦਾ ਸੀ, ਇਹ ਵੀ ਇੱਕ ਅਟਲ ਜੀ ਦੀ ਬਹੁਤ ਬੜੀ ਖੂਬੀ ਸੀ। ਔਰ ਲੁਧਿਆਣਾ ਲਾਈਵ ਦੇ ਲਈ ਠੀਕ ਹੈ ਰਿਪੋਰਟ।